ਹੈਲੋ, ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਤੁਹਾਡਾ ਆਪਦਾ ਹਰੀਚਰਨਪ੍ਰੀਤ, ਤੇ ਅੱਜ ਪੁਲਵਾਮਾ ਹਮਲੇ ਦਾ ਮੈਂ ਕਰਾਰਾ ਜਵਾਬ ਦੇਣ ਜਾ ਰਿਹਾ ਹਾਂ ਪਾਕਿਸਤਾਨ ਨੂੰ, ਆਪਦੀਆਂ ਖੁਦ ਦੀਆਂ ਲਿਖੀਆਂ ਹੋਈਆਂ ਕੁਝ ਲਾਈਨਾਂ ਦੇ ਨਾਲ। ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਣਗੀਆਂ। ਉਹ ਲੁਕ ਲੁਕ ਕਰਨਾ ਵਾਰ ਇਹ ਕੰਮ ਆ ਪਾਕਿਸਤਾਨ ਦਾ, ਉਹ ਡੁੱਲਿਆ ਖੂਨ ਵਿਅਰਥ ਨਹੀਂ ਜਾਣਾ ਹਰ ਇੱਕ ਜਵਾਨ ਦਾ। ਉਹ ਲੈਣਾ ਬਦਲਾ ਕਹਿੰਦਾ ਬੱਚਾ ਬੱਚਾ ਹਿੰਦੁਸਤਾਨ ਦਾ, ਉਹ ਡੁੱਲਿਆ ਖੂਨ ਵਿਅਰਥ ਨਹੀਂ ਜਾਣਾ ਹਰ ਇੱਕ ਜਵਾਨ ਦਾ। ਇਹਨਾਂ ਗੱਲਾਂ ਤੋਂ ਹੀ ਢਾਡੀ ਬਣਦੀ ਨਾ ਕਿਸੇ ਦੇਸ਼ ਨਾ, ਪੁਲਵਾਮਾ ਹਮਲਾ ਨਾ ਕਰਦੇ ਤੇ ਵੱਧਦਾ ਕਲੇਸ਼ ਨਾ। ਇਹਨਾਂ ਗੱਲਾਂ ਤੋਂ ਹੀ ਢਾਡੀ ਬਣਦੀ ਨਾ ਕਿਸੇ ਦੇਸ਼ ਨਾ, ਪੁਲਵਾਮਾ ਹਮਲਾ ਨਾ ਕਰਦੇ ਤੇ ਵੱਧਦਾ ਕਲੇਸ਼ ਨਾ। ਉਹਨਾਂ ਮਾਵਾਂ ਦੀਆਂ ਹਿੱਕਾਂ ਵਿੱਚ ਅੱਗ ਬਾਲ ਕੇ, ਮਾਵਾਂ ਦੀਆਂ ਹਿੱਕਾਂ ਵਿੱਚ ਅੱਗ ਬਾਲ ਕੇ, ਇਹ ਨਾ ਸੋਚਿਓ ਕਿ ਅਸੀਂ ਵੀਰੇ ਬਚ ਜਾਵਾਂਗੇ। ਉਹ ਐਵੇਂ ਹੱਸਦੇ ਹੋ ਪਿੱਠ ਪਿੱਛੇ ਚਾਲੀ ਮਾਰ ਕੇ, ਆਉਣਦੇ ਹੋ ਸਮਾਂ ਚਾਲੀ ਯਾਰ ਮਾਰਾਂਗੇ। ਹੱਸਦੇ ਹੋ ਪਿੱਠ ਪਿੱਛੇ ਚਾਲੀ ਮਾਰ ਕੇ, ਆਉਣਦੇ ਹੋ ਸਮਾਂ ਚਾਲੀ ਯਾਰ ਮਾਰਾਂਗੇ। ਸਲੂਟ ਮੇਰੇ ਉਹਨਾਂ ਵੀਰਾਂ ਨੂੰ, ਉਹ ਦਿਲੋਂ ਆ ਸਲੂਟ ਹਰੀ ਵੱਲੋਂ ਵੀਰਾਂ ਨੂੰ, ਜਿਹੜੇ ਛੱਡ ਪਰਿਵਾਰ ਦੇਸ਼ ਲਈ ਤੁਰ ਗਏ। ਉਹ ਐਵੇਂ ਹੱਸਦੇ ਹੋ ਪਿੱਠ ਪਿੱਛੇ ਚਾਲੀ ਮਾਰ ਕੇ, ਆਉਂਦੇ ਹੋ ਸਮਾਂ ਚਾਲੀ ਯਾਰ ਮਾਰਾਂਗੇ। ਹੱਸਦੇ ਹੋ ਪਿੱਠ ਪਿੱਛੇ ਚਾਲੀ ਮਾਰ ਕੇ, ਆਉਂਦੇ ਹੋ ਸਮਾਂ ਚਾਲੀ ਯਾਰ ਮਾਰਾਂਗੇ। ਥੈਂਕ ਯੂ ਜੀ।